ਦੇਖੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਐਲਾਨ ਕੀਤਾ ਕਿ ਪੰਜਾਬ ਸਰਕਾਰ ਜੀਵੇ ਕੇ ਥਰਮਲ ਪਲਾਂਟ ਖਰੀਦ ਰਹੀ ਹੈ। ਉਹ ਥਰਮਲ ਪਲਾਂਟ ਜਿਹੜਾ ਕਿ ਬੈਂਕ ਕਰਪਟ ਹੋ ਚੁੱਕਿਆ ਅਤੇ ਜਿਹੜੀ ਪ੍ਰਾਈਵੇਟ ਕੰਪਨੀ ਨੇ ਉਹ ਬਣਾਇਆ ਸੀ ਉਹ ਛੱਡ ਕੇ ਭੱਜ ਚੁੱਕੀ ਹੈ। ਕੀ ਸਾਡੀ ਪੰਜਾਬ ਸਰਕਾਰ ਕੋਲ ਇੰਨਾ ਪੈਸਾ ਹੈ ਕਿ ਉਹ 1,080 ਕਰੋੜ ਦਾ ਥਰਮਲ ਪਲਾਂਟ ਖਰੀਦਣ ਜਾ ਰਹੀ ਹੈ? ਉਹ ਥਰਮਲ ਪਲਾਂਟ ਜਿਹੜਾ ਘਾਟੇ ਦੇ ਵਿੱਚ ਹੈ, ਔਰ ਦੂਜੇ ਪਾਸੇ 2 ਸਾਲਾਂ ਦੇ ਵਿੱਚ 60,000 ਕਰੋੜ ਦਾ ਕਰਜ਼ਾ ਪੰਜਾਬ 'ਤੇ ਚੜ੍ਹ ਗਿਆ। ਕਿੰਨੀ ਕੁ ਸਿਆਣਪ ਵਾਲੀ ਗੱਲ ਹੈ ਨਵਾਂ ਕਰਜ਼ਾ ਚੱਕ ਕੇ 1,080 ਕਰੋੜ ਦਾ ਇਹ ਥਰਮਲ ਪਲਾਂਟ ਖਰੀਦਣਾ? ਕਿਤੇ ਪ੍ਰਾਈਵੇਟ ਕੰਪਨੀ ਨੂੰ ਕਿਸੇ ਕਿਸਮ ਦਾ ਫਾਇਦਾ ਤਾਂ ਨਹੀਂ ਪਹੁੰਚਾਇਆ ਜਾ ਰਿਹਾ? ਕਿਉਂਕਿ ਜੇ ਸਾਡੀ ਸਰਕਾਰ ਕੋਲ ਇੰਨਾ ਪੈਸਾ ਹੈ, ਫਿਰ ਜਿਹੜੇ ਪੰਜਾਬ ਦੇ ਆਪਣੇ ਥਰਮਲ ਪਲਾਂਟ ਨੇ, ਜਿਹੜਾ ਬਠਿੰਡਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਥਰਮਲ ਪਲਾਂਟ ਹੈ, ਫਿਰ ਉਹਨੂੰ ਹੀ ਦੁਬਾਰਾ ਚਾਲੂ ਕੀਤਾ ਜਾਏ ਜਿਹੜਾ ਕਾਂਗਰਸ ਦੀ ਸਰਕਾਰ ਨੇ ਬੰਦ ਕਰਨਾ ਚਾਹਿਆ? ਰੋਪੜ ਵਾਲੇ ਥਰਮਲ ਪਲਾਂਟ ਨੂੰ ਚਾਲੂ ਕਰੋ। ਰੋਪੜ ਦੇ ਥਰਮਲ ਪਲਾਂਟ ਦੀ ਤਾਂ ਕੋਲਣੀ ਤੁਸੀਂ ਵੇਚਣ 'ਤੇ ਲਾਈ ਹੈ। ਸੋ ਪ੍ਰਾਈਵੇਟ ਕੰਪਨੀ ਦਾ ਥਰਮਲ ਪਲਾਂਟ ਖਰੀਦਣ ਦੇ ਵਿੱਚ ਇੰਨਾ ਇੰਟਰਸਟ ਕਿਉਂ, ਜਦੋਂ ਸਰਕਾਰ ਦੇ ਆਪਣੇ ਜਿਹੜੇ ਥਰਮਲ ਨੇ ਉਹ ਬੰਦ ਪਏ ਨੇ? ਸੋ ਇਹ ਚੀਜ਼ਾਂ, ਇਹ ਜਿਹੜਾ ਡਾਟਾ, ਇਹ ਜ਼ਾਹਰ ਕਰਨਾ ਚਾਹੀਦਾ, ਲੋਕਾਂ ਦੇ ਸਾਹਮਣੇ ਰੱਖੋ ਕਿ ਪ੍ਰਾਈਵੇਟ ਕੰਪਨੀ ਦੇ ਵਿੱਚ ਜਿਹੜੀ ਇੱਕ ਫੇਲ ਕੰਪਨੀ ਹੈ, ਜਿਹਨੂੰ ਇੰਨੀ ਮਹਿੰਗੀ ਬਿਜਲੀ, ਤੁਹਾਡੇ ਮੁਤਾਬਕ ਤੁਸੀਂ ਕਹਿੰਦੇ ਹੋ ਕਿ ਬਹੁਤ ਮਹਿੰਗੀ ਬਿਜਲੀ ਉਹ ਵੇਚ ਰਹੇ ਸੀ, ਤਾਂ ਵੀ ਘਾਟੇ 'ਚ ਨੇ, ਤਾਂ ਪੰਜਾਬ ਸਰਕਾਰ ਉਹਨੂੰ ਪਬਲਿਕ ਸੈਕਟਰ ਬਣਾ ਕੇ ਇੰਨਾ ਇੰਟਰਸਟ ਕਿਉਂ ਲੈ ਰਹੀ ਹੈ, ਇਹ ਸਾਨੂੰ ਦੱਸਿਆ ਜਾਵੇ।